ਲੈ ਵੀ ਗਰੁੱਪ ਫੋਟੋ ਹੋਣ ਲੱਗੀ ਆ जी। तो अज सवेरे सवेरे आप चले हाँ राइड के उत्ते हैलमेट के अगे भी सैटिंग कर ली आ बस होर अधे घंटे तक सारिया ने आ जाना है उत्थे अपने हवेली उतों असी जाना आ गां 50 किलोमीटर आ उस तो बाद फिर वापस आ जाना आ मेन अज सारिया ने हवेली कट्ठे होना राइडर ने दो तीन जिले के राइडर आ हिमाचल के भी राइडर आने ता करके उत्थे सारे ने कट्ठे होना मैं मिल लूँगा नाले अपनी फस्ट राइड अज राइडर के नाल ग्लव्स वगैरह पाने वाले रेंदे आ बस हुण किक ही मारनी आ एक तो यदि है नहीं सैल्फ आ टोपी ला के हेलमेट ना मुछा मींगिया है चंगा जी फिर बाय बाय जी पहली राइड अपनी स्टार्ट तो वेखते हैं किदां दी रहिंदी आ कपड़े कुपड़े तो आप सारे पाले धुप निकल आनी आ फिर आपे हट जानी है ठंड माड़ी मोटी सह लैने कोई चक्कर नहीं अपना जहाज चला जे सवेरे सवेरे जिथे राइडर नूं टाइम दिता उत्थे चलीए आपां तेल अपना तो उदा तो हैगा आ फिर हवेली तो पवावांगे तेल हुण इतने का रुक जाइए है ना मैं भी आ पता नहीं केड़े पर आया ना कि गए आज राइड है ना संडे राइड आ जाते मेरे ख्याल ना इन्होंने भी उत्थे इकट्ठे होना है आपा तो हजे नवे नवे मिलना सारे आपा तो करतारपुर वाले भरा जानते बस पता नहीं कितने रह गया जनाब जी हो ठीक ठाक मैं मुंडे नंघे गए अगे अच्छा अपने नहीं गए आ जड़ा अच्छा चलिए चलिए जरे मैं हो गए 5 मिनट में फोन भी लाया अगे आपा वीडियो बनाउंदे ने जाना गप्पा छप्पा मारते जावे चल जी मुंडे आ गए भी चलिए हम राइड हो गई स्टार्ट
ਸਿੱਧੀ ਸੜਕ ਤੇ ਭਜਾਵਾਂਗੇ। ਹਜੇ ਆਪਾਂ ਕੱਚੇ ਖਿਡਾਰੀ ਆ, ਹਜੇ ਪੱਕੇ ਖਿਡਾਰੀ ਬਣੇ ਨਹੀਂ। ਜਦੋਂ ਬਣ ਜਾਂਗੇ ਫਿਰ ਨਹੀਂ ਲਿਆ ਕਰਾਂਗੇ, ਕਿਉਂਕਿ ਕੱਪੜੇ ਪਾਉਣ ਨਾਲ ਰਾਈਡਰ ਵਾਲੀ ਫਿਰ ਰਾਈਡਰ ਥੋੜਾ ਬਣ ਜਾਂਦਾ। ਤਜਰਬਾ ਤਜਰਬਾ ਬਹੁਤ ਜ਼ਰੂਰੀ ਆ ਬਈ। ਇਹ ਕਿਆ ਹੋ ਗਿਆ, ਠੀਕ ਠਾਕ ਭਾਜੀ? ਮੈਨੂੰ ਦਿਸੇ ਨੀ ਤੁਸੀਂ ਯਾਰ, ਮੈਂ ਉੱਡਦਾ ਹੀ ਆਇਆ, ਵੇਖੋ ਨੀ ਭਜਾਇਆ ਜਾਂਦਾ ਹਜੇ। ਹੋਰ ਭਾਜੀ ਠੀਕ ਠਾਕ ਜੀ? ਹੋਰ ਭਾਜੀ ਵਧੀਆ ਜੀ? ਟੁੱਟਾ ਭਾਜੀ ਮੈਂ ਵੀ ਭਾਜੀ ਭਾਜੀ ਨੂੰ ਮਿਲ ਲਿਆ ਭਾਜੀ। ਹੋਰ ਠੀਕ ਠਾਕ ਜੀ? ਮੈਂ ਵੀ ਮੋਟਰਸਾਈਕਲ ਲੱਗੇ ਸਾਰੇ ਆਇਆ ਬੂਸਾ ਹਾਰਲੇ 48 ਨਹੀਂ ਆਇਰਨ। ਇੱਥੋਂ ਚੱਲਣਾ ਆ ਲੁਧਿਆਣੇ ਵਾਲੀ ਸਾਈਡ ਨੂੰ, ਲੁਧਿਆਣੇ ਤੋਂ ਫਿਰ ਵਾਪਸ ਇੱਥੇ ਆ ਜਾਣਾ ਆ ਸਾਰਿਆਂ ਨੇ। ਚਲੀਏ ਭਾਜੀ, ਆਪਣਾ ਵੀ ਸੋਹਣਾ ਲੱਗਦਾ ਯਾਰ, ਆ ਪਿੱਛੋਂ ਲੂੰਡਾ ਕਰਨ ਵਾਲਾ ਆ, ਲੂੰਡਾ ਕਰ ਦਿੱਤਾ ਤਾਂ ਗੱਲਬਾਤ ਬਣ ਜਾਣੀ। ਇਹਦੀ ਟੇਲ ਆਉਂਦੀ ਆ ਇੱਕ ਸਪੈਸ਼ਲ, ਭਾਜੀ ਨੇ ਝੰਡੀ ਵੀ ਲਾਈ ਆ ਆਇਰਨ ਵਾਲੇ ਭਰਾ ਨੇ। ਚਲੋ ਜੀ ਨਿੰਜਾ ਜੀ, ਬਸ ਅਸੀਂ 15-20 ਮਿੰਟਾਂ ਤਾਈ ਆਪਣਾ ਕਿਵੇਂ ਰੇਸ ਦੀ ਚੱਕ ਹੋ ਗਿਆ ਸੀ ਅੱਗੇ, ਪਰ ਨਜ਼ਾਰਾ ਬੜਾ ਯਾਰ, ਹਵਾ ਚਲ ਗਿਆ ਸੀ ਬੰਦਾ ਪੰਪ ਚ ਆ ਕੇ ਨਾ ਰੇਸ ਦੇ ਵੇਂਦਾ, ਥੋੜਾ ਜਿਹਾ ਹਵਾ ਚ ਚਲ ਗਿਆ ਸੀ। ਤੇਲ ਪਵਾਇਆ ਨੀ ਆਪਾਂ, ਚੇਤਾ ਭੁੱਲ ਗਿਆ। ਵਾਹ ਵੀ ਵਾਹ, ਆਹ ਨਜ਼ਾਰਾ ਵੇਖਣ ਲਈ ਮੈਂ 2 ਮਹੀਨੇ ਵੇਟ ਕੀਤੀ ਤੇ ਅੱਜ ਨਜ਼ਾਰੇ ਹੀ ਵੇਖਣ ਦੇ ਆਇਆ। ਹਾਰਲੀ ਦਾ ਬੈਲੈਂਸ ਬਹੁਤ ਆ, ਹੋਰ ਆਪਾਂ ਸਭ ਤੋਂ ਅਖੀਰ ਤੇ, ਆਪਣੇ ਪਿੱਛੇ ਕੋਈ ਨਹੀਂ ਹੈਗਾ, ਆਪਾਂ ਸਭ ਤੋਂ ਨਾ ਲੇਟੈਸਟ ਰਾਈਡਰ ਆ, ਤਾਂ ਕਰਕੇ ਅਖੀਰ ਤੇ ਚੱਲਣ ਰਹੇ। ਚਲੋ ਜੀ ਨਜ਼ਾਰੇ ਲੈਂਦੇ ਜਾਵਾਂਗੇ ਅੱਜ ਤੱਕ, ਲਾਈਟਾਂ ਜਗਦੀਆਂ ਬੁਝਦੀਆਂ ਜਾਂਦੀਆਂ, ਆਪਾਂ ਵੀ ਜਗਾ ਦਈਏ, ਜਗ ਵੀ ਜਗ ਵੀ। ਭਾਈ ਦਾ ਨਿੱਕਾ ਜਿਹਾ ਸੋਹਣਾ ਲੱਗਦਾ, ਛੋਟਾ ਜਿਹਾ ਨੀਵਾਂ ਜਿਹਾ, ਲਓ ਜੀ ਆਪਾਂ ਪਹੁੰਚ ਗਏ ਹਾਂ ਜੀ ਜਲੰਧਰ ਲਵਲੀ ਯੂਨੀਵਰਸਿਟੀ ਦੇ ਸਾਹਮਣੇ ਆ ਗਏ ਹਾਂ। ਪਰ ਮੈਂ ਲੋਕੇਸ਼ਨ ਦੱਸਦਾ ਜਾਊਂਗਾ, ਹੁਣ ਲੁਧਿਆਣੇ ਵਾਲਾ ਟੋਲ ਆ, ਉੱਥੇ ਸਾਰੇ ਇਕੱਠੇ ਹੋਣ ਲੱਗੇ, ਲੁਧਿਆਣੇ ਵਾਲੇ ਰਾਈਡਰ ਅਤੇ ਹਿਮਾਚਲ ਵਾਲੇ ਰਾਈਡਰ, ਉੱਥੋਂ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇੱਧਰ ਨੂੰ ਵਾਪਸ ਆਉਣਾ, ਇਹਨਾਂ ਨੂੰ ਲੈਣ ਜਾਣਦੇ, ਰਿਸੀਵ ਕਰਨ ਜਾਣਦੇ, ਉੱਥੋਂ ਇਕੱਠੇ ਹੋ ਕੇ ਸਾਰੇ ਜਾਣੇ ਹਵੇਲੀ ਆਉਣਾ, ਇੱਥੇ ਫਿਰ ਚਾਹ ਪਾਣੀ ਜੋ ਵੀ ਪੀਣਾ ਖਾਣਾ ਪੀਊਗੇ ਅਤੇ ਫਿਰ ਸਾਰੇ ਆਪਣੇ ਆਪਣੇ ਘਰਾਂ ਨੂੰ ਤਿੱਤਰ ਹੋ ਜੂਗੇ। ਹੁਣ ਸਿੱਧੀ ਸੜਕ ਆ ਗਈ ਆ, ਹੁਣ ਇਹਦਾ ਬਾਂਬ ਰੋਲਾ ਬਣਾਉਂਦੇ ਆਪਾਂ ਯਾਰ, ਉਹ ਬੋਰ ਰੇਲ ਬਣਾਉਂਦੇ ਯਾਰ ਮੋਟਰਸਾਈਕਲਾਂ ਦੀ, ਮੈਂ ਪਿੱਛੇ ਰਹਿ ਜਾਂਦਾ ਅਤੇ ਹੈਗੇ ਆ ਇਹ ਮੇਰੇ ਖਿਆਲ ਨਾਲ 10-12 ਜਾਣੇ ਆ, ਅਸੀਂ 9 ਕੁ ਜਾਣੇ ਹੋਣੇ ਆ, 9 ਕੁ ਰਾਈਡਰ ਆ, ਅਤੇ ਉੱਧਰੋਂ ਹੇਠ ਦੀ ਹੇੜ ਹੀ ਆਉਣੀ ਇਕੱਠੀ ਹੋ ਕੇ, ਫਿਰ ਸਵਾਲ ਆਊਗਾ।
ਭਾਜੀ ਝੰਡੀ ਵੀ ਲਾਈ ਆ ਗ੍ਰੈਂਡ ਗੁਰੂ ਗੁਰੂ ਪਤਾ ਨਹੀਂ ਕੀ ਲਿਖਿਆ ਆ ਇਹ ਕਲੱਬ ਦਾ ਨਾਂ ਲੱਗਦਾ ਉਹ ਭਾਜੀ ਨੇ ਪਰਾਂਦੀਆਂ ਲਾਈਆਂ ਉਹ ਮੈਂ ਤਾਂ ਹੁਣ ਧਿਆਨ ਨਾਲ ਦੇਖਿਆ ਮੈਂ ਵੀ ਫਵਾੜੇ ਵਿੱਚ ਐਂਟਰੀ ਹੋ ਗਈ ਉਹ ਕਰਦੇ ਆ ਗੁੜ 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 ਮੇਰਾ ਕਰਦਾ ਮੋਟਰਸਾਈਕਲ ਕਰਕੇ ਰੇਸਾ ਦਿੰਦਾ ਨਾ ਜਦੋਂ ਤੇਲ ਦਾ ਫੱਕਾ ਮਾਰਦਾ ਇਹ ਜਦਾਂ ਹੀ 15 ਰੁਪਈਏ ਆਉਂਦੇ 15 ਰੁਪਈਏ ਆਉਂਦੇ ਫਗਵਾੜੇ ਵਾਲਾ ਪੁਲ ਬਣ ਗਿਆ ਹੁਣ ਵਧੀਆ ਸਗੋਂ ਉੱਤੋਂ ਉੱਤੋਂ ਲੰਘ ਜਾਈਦਾ ਹਾਂ ਮੋਟਰਸਾਈਕਲ ਦਾ ਟਾਇਰ ਨਹੀਂ ਉਹ ਪੱਕੇ ਆ ਆਪਣੇ ਇੱਥੇ ਪੰਜਾਬ ਦੇ ਰੋਡ ਜ਼ਿਆਦਾ ਸਿੱਧੇ ਨਹੀਂ ਆ ਮਤਲਬ ਇਹ ਇਹ ਆ ਤਾਂ ਕਰਕੇ ਨਹੀਂ ਇੱਥੇ ਭਜਾ ਹੁੰਦੇ ਮੋਟਰਸਾਈਕਲ ਦਿੱਲੀ ਵਾਲੀ ਸਾਈਡ ਜਿਹੜੇ ਆ ਨਾ ਉਹ ਰੋਡ ਜਿਹੜੇ ਆ ਉਹ ਸਿੱਧੇ ਆ ਉੱਥੇ ਫਿਰ ਬੰਦੇ ਜਿਹੜੇ ਉਹਦਾ ਰਾਈਡਰ ਉਹ ਫਿਰ ਰੇਲ ਬਣਾਉਂਦੇ ਪੂਰੀ ਕਿਆ ਬਾਤ ਆ ਲੈ ਜਿਓ ਮੈਨੂੰ ਵੀ ਮੈਂ ਭਜਾ ਕੇ ਆਉਂਦਾ ਮੈਨੂੰ ਫਿਰ ਛੱਡ ਜਾਂਦੇ ਵਿੱਚ ਪੁਲਾਇਆ ਤਾਂ ਜਦੋਂ ਛਾਲਾਂ ਵੱਜਦੀਆਂ ਨਾ ਉਹਦਾ ਬੜਾ ਹੋਰ ਤਰ੍ਹਾਂ ਹੁੰਦਾ ਰੇਲ ਵੱਟਦੀ ਪੂਰੀ ਮੈਂ ਵੀ ਇੱਥੇ ਲੱਗਦਾ ਰੁਕਣ ਲੱਗੇ ਇਕੱਠੇ ਹੋਣ ਲੱਗੇ ਅੱਛਾ ਜੀ ਇੱਥੇ ਸਾਰੇ ਇਕੱਠੇ ਹੋਏ ਆ ਨਹੀਂ ਇੱਧਰ ਕਿਆ ਬਾਤ ਹੈ ਇਹਦਾ ਮੋਟਰਸਾਈਕਲ ਦਾ ਟਾਇਰ ਬਾਬਾ ਹੀ ਚੌੜਾ ਹੋਏ ਨਹੀਂ ਕੌਣ ਸਾ ਹੈ ਇਹਦਾ ਟਾਇਰ ਚੰਗਾ ਚੌੜਾ ਮੋਟਰਸਾਈਕਲ ਦਾ ਚਲੋ ਜੀ ਇੱਥੋਂ ਵਾਪਸੀ ਲੱਗਦਾ ਮੈਨੂੰ ਹੁਣ ਬਾਕੀ ਰਾਈਡਰ ਲੱਗੇ ਮੈਂ ਨਾ ਭਾਜੀ ਦਾ ਰੰਗ ਵਧੀਆ ਮੋਟਰਸਾਈਕਲ ਦਾ ਮਿੱਟੀ ਰੰਗਾ ਜਿਹਾ ਗੰਦਾ ਵੀ ਨਹੀਂ ਹੁੰਦਾ ਯਾਰ ਆਹ ਬੜਾ ਪੰਗਾ ਜਿਹਾ ਯਾਰ ਇਹਨਾਂ ਦਾ ਲਾਉਣ ਦਾ ਚਲੋ ਜੀ ਆਪਣਾ ਤਾਂ ਪਹਿਲਾ ਐਕਸਪੀਰੀਅੰਸ ਆ ਦੇਖਦੇ ਹੈ ਕਿਆ ਕਿਆ ਹੋਤਾ ਹੈ ਰਿਕਾਰਡਿੰਗ ਤਾਂ ਮੈਂ ਜ਼ਿਆਦਾ ਕਰਨੀ ਆ ਤੁਹਾਨੂੰ ਮੈਂ ਵਿੱਚੋਂ ਵਿੱਚੋਂ ਸੀਨ ਕੁਝ ਕੁਝ ਦੀ ਦਿਖਾਉਣੇ ਆ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਮੁੰਡਿਆਂ ਨੇ ਐਨ ਮੌਕੇ ਤੇ ਆ ਕੇ ਦੱਸਿਆ ਹੈ ਇਹਨੂੰ ਜਾਣਾ ਅੱਧੇ ਲੱਗੇ ਲੰਘੇ ਰਾਈਟ ਸਾਈਡ ਹੱਥ ਦੇ ਰਹੇ ਹੈ ਮਤਲਬ ਰਾਈਟ ਸਾਈਡ ਮੁੜਨਾ ਹੈ ਸਕੂਲ ਵਾਲੇ
ਗੱਡਾ ਗੜਾ ਫਗਵਾੜਾ ਗਰਾਇਆ ਸਿੱਧਾ ਆਇਆ ਬੂਸਾ ਗੋਲ ਗੋਲ ਘੁੰਮ ਕੇ ਤੇ ਉੱਪਰ ਚੜੋ ਤੇ ਰਾਈਡਰਾਂ ਨਾਲ ਮਿਲੋ ਤੇ ਹਵੇਲੀ ਜਾ ਕੇ ਚਾਹ ਕੌਫੀ ਪੀਓ ਉਹ ਆ ਗਏ ਰਾਈਡਰ ਅੱਛਾ ਆਉਂਦੇ ਆ ਤੁਰੇ ਆਉਂਦੇ ਚਲੋ ਭਾਜੀ ਚਲੋ ਅੱਛਾ ਜੀ ਇਕੱਠੇ ਹੋ ਗਏ ਸਾਰੇ ਲਾ ਵੀ ਮੋਟਰਸਾਈਕਲ ਇਕੱਠੇ ਹੋ ਗਏ ਆ ਸਾਰੇ ਅਤੇ ਮੋਟਰਸਾਈਕਲ ਹੀ ਮੋਟਰਸਾਈਕਲ ਜਿੱਦਾਂ ਨੂੰ ਮਰਜ਼ੀ ਵੇਖ ਲਓ ਮੈਂ ਤਾਂ ਮਿਲ ਲਿਆ ਸਾਰਿਆਂ ਨੂੰ ਕਿ ਮੇਰਾ ਕੈਮਰਾ ਔਨ ਕਰਨ ਦਾ ਚੇਤਾ ਨਹੀਂ ਰਿਹਾ ਮੈਨੂੰ ਮੈਂ ਤਾਂ ਭਾ ਸਾਰਿਆਂ ਨੂੰ ਲਿਆ ਆ ਅਤੇ ਹੁਣ ਨਿਕਲਣ ਲੱਗੇ ਹਵੇਲੀ ਵੱਲੋਂ ਸਾਰੇ ਜਣੇ ਆਪਣਾ ਜਾਮਾ ਖੜਾ ਉਹ ਖੀਰ 'ਤੇ ਓਕੇ ਰਿਪੋਰਟ ਹੋ ਗਈ ਵੀ ਉਹ ਜੀ ਹੁਣ ਸਾਰੇ ਰਾਈਡਰ ਜਿਹੜੇ ਆ ਜੀ ਉਹ ਜਲੰਧਰ ਨੂੰ ਚਾਲੇ ਪਾਤੇ ਆ ਮੇਰੇ ਖਿਆਲ ਨਾਲ ਘੱਟੋ ਘੱਟ ਹੋਣੇ ਆ 40-50 ਹੋਣੇ ਆ ਬਾਕੀ ਪਤਾ ਨਹੀਂ ਉੱਥੇ ਹੋਰ ਇਕੱਠੇ ਹੋਣੇ ਆ ਕਿ ਨਹੀਂ ਹੋਣੇ ਆਪਾਂ ਨੂੰ ਕੁਛ ਨੌਲੇਜ ਨਹੀਂ ਗੀ ਅਤੇ ਸੜਕ ਬੜੀ ਹੋਰ ਤਰ੍ਹਾਂ ਦੀ ਹੈਗੀ ਆ ਸੜਕ ਬਣਨ ਦਈ ਆ ਔਖਾ ਕੰਮ ਇੱਥੇ ਚਲਾਉਣਾ ਆਪਣੀ ਨਾ ਬੈਟਰੀ ਜਿਹੜੀ ਸੀ ਗੋਬਰ ਉਹਦੀ ਲੋ ਸੀ ਤਾਂ ਮੈਂ ਥੋੜ੍ਹੇ ਥੋੜ੍ਹੇ ਵਿੱਚ ਸ਼ੋਟ ਲਏ ਅਤੇ ਜਲੰਧਰ ਬਿਲਕੁਲ ਪਹੁੰਚਣ ਵਾਲੀ ਆ ਜੀ ਵਾਪਸੀ ਹੋ ਗਈ ਆ ਮਿੱਤਰੋ ਹੈਲਮਟ ਮੈਂ ਹੁਣ ਲਾਇਆ ਆ ਅਤੇ ਹੁਣ ਵਾਪਸ ਹਵੇਲੀ ਆ ਗਏ ਹਾਂ ਇਹਦੇ ਵਿੱਚ ਨਾ ਮੇਰਾ ਗੋਪਰੋ ਬੰਦ ਹੋ ਜਾਂਦਾ ਸੀਗਾ ਉਹਦੀ ਬੈਟਰੀ ਲੋ ਸੀਗੀ ਹੁਣ ਮੈਂ ਬੈਟਰੀ ਚੇਂਜ ਕੀਤੀ ਆ ਅਤੇ ਹੁਣ ਸਾਰੇ ਇੱਥੇ ਇਕੱਠੇ ਹੋ ਗਏ ਆ ਅੰਦਰ ਕੌਫੀ ਕੌਫੀ ਪੀਣ ਦੇ ਆ ਤੁਹਾਨੂੰ ਮੈਂ ਨਾ ਮੋਟਰਸਾਈਕਲ ਵਿਖਾਉਂਦਾ ਅੱਜ ਸਾਰਿਆਂ ਦੇ ਇੱਧਰ ਨੂੰ ਸ਼ੁਰੂ ਹੋ ਜਾਂਦੇ ਆਪਾਂ ਹਾਰਲੇ ਮੈਂ ਸਾਰਿਆਂ ਦੇ ਨਾਂ ਤਾਂ ਨਹੀਂ ਮੈਨੂੰ ਪਤਾ ਆਹ ਆ ਜਾਂਦਾ ਆ ਕਾਵਾਸਾਖੀ ਦਾ 1000 ਆ ਵੀ ਹਾਰਲੇ ਫੈਟ ਬੋਏ ਹਾਰਲੇ ਦਾ ਕੇ ਟੀ ਐਮ ਅੱਛਾ ਇਹ ਜਿਹੜਾ ਟੂਰਿਸਟ ਟੂਰ ਵਾਲਾ ਬਾਈਕ ਆ ਨਾ 390 ਐਡਵੈਂਚਰ ਫੈਟ ਬੋਏ ਉਹ ਆ ਗਿਆ ਆਪਣਾ ਆਇਰਨ ਉਹ ਆਪਣਾ ਖੜਾ ਆ ਉੱਧਰ ਅਤੇ ਆ ਸਾਰੇ ਹਾਰਲੇ ਆ ਵੀ ਕਾਵਾਸਾਖੀ ਆ ਇਹ ਆਪਣੇ ਨਾਲ ਦਾ ਹੈ ਨਾ ਆਪਣਾ ਕਾਲਾ ਰੰਗ ਆ ਇਹ ਫਿੱਕਾ ਜਿਹਾ ਰੰਗ ਆ ਇਹ ਕੀ ਚੱਕਰ ਅੱਛਾ ਪੁਰਾਣਾ ਆਪਣਾ ਥੋੜ੍ਹਾ ਜਿਹਾ ਨਵਾਂ ਨਵਾਂ ਜਿਹਾ ਆ ਆ ਬੂਸਾ ਖੜਾ ਜੀ ਇੱਧਰ ਵੀ ਆ ਗਏ ਹਾਰਲੇ ਦੇ ਸਾਰੇ ਆ ਵੀ ਹਾਰਲੇ 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 ਜ਼ਿਆਦਾ ਹਾਰਲੇ ਹੀ ਆ ਅਤੇ ਤੁਸੀਂ ਗਿਣਤੀ ਮਾਰ ਲਓ ਜੀ ਇੱਥੇ ਹੁਣੇ ਮੇਰੇ ਖਿਆਲ ਨਾਲ 10-15 ਮੋਟਰਸਾਈਕਲ ਇੱਧਰ ਖੜ੍ਹੇ ਆ ਅਤੇ ਬਾਕੀ ਜਿਹੜੇ ਉੱਧਰ ਖੜ੍ਹੇ ਆ ਅੱਜ ਲੁਧਿਆਣੇ ਵਾਲੇ ਜਲੰਧਰ ਵਾਲੇ ਇਕੱਠੇ ਹੋਏ ਆ ਹਿਮਾਚਲ ਵਾਲੇ ਵੀ ਨਾਲ ਹੈ ਨਾ ਆਹ ਵੀ ਹਾਰਲੇ ਆ ਗਏ ਸਾਰੇ ਆਹ ਬੜਾ ਜਾਮਣੀ ਜੇ ਕਿਹੜਾ ਰੰਗ ਆ ਇਹ ਰੰਗ ਹੀ ਬੜਾ ਸੋਹਣਾ ਇਹਦਾ ਬਾਈਕ ਦਾ ਪਰਸੋਂ ਪਰਚੇਜ਼ ਕੀਤਾ ਬਾਈਕ ਤੇ ਸੈਕਿੰਡ ਹੈਂਡ 35 ਲੱਖ ਰੁਪਏ ਦਾ 35 ਲੱਖ ਵਾਲਾ ਓਏ ਹੋਏ ਓਕੇ ਰਿਪੋਰਟ ਇਧਰਲੇ ਬੰਨੇ ਲੱਗਾ ਇਧਰਲੇ ਬੰਨੇ ਪਤਾ ਨੀ ਇਹ ਏਅਰ ਦਾ ਨਾ ਕੁਛ ਸਿਸਟਮ ਇੱਕ ਸਪੀਕਰ ਇਧਰ ਲੱਗਾ ਪਿੱਛੇ ਵੀ ਸਪੀਕਰ ਆ ਜੀ ਆਪਣੇ ਪਿਛਲੀ ਸੀਟ ਤੇ ਵੀ ਸਪੀਕਰ ਨਾਲ ਟਵਿੱਟਰ ਵੀ ਆਰਾਮਦਾਇਕ ਸਵਾਰੀ ਆ ਬਈ ਸੋਹਣਾ ਆ ਇਹ ਦੇਖਣ ਨੂੰ ਵੀ ਲੱਗਦਾ ਆ ਯਾਰ ਬੜਾ ਜ਼ਬਰਦਸਤ ਜਿਹਾ ਆ ਹਵਾ ਵੀ ਨਹੀਂ ਪੈਣੀ ਵਿੰਡ ਸ਼ੀਲਡ ਜੀ ਲੱਗੀ ਅੱਗੇ ਸੋਹਣਾ ਆ ਮੋਟਰਸਾਈਕਲ ਬਹੁਤ ਸੋਹਣਾ ਆ ਬਈ ਪਿੱਛੇ ਬਹੁਤ ਰਿਲੈਕਸ ਜਿਹਾ ਬਣਾਇਆ ਉਹਨਾਂ ਨੇ ਇੱਥੇ ਆਪਣਾ ਸਮਾਨ ਸਮੂਹ ਰੱਖ ਸਕਦੇ ਹਾਂ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਓਕੇ ਰਿਪੋਰਟ ਬਾਕੀ ਸਾਰੇ ਹਾਰ ਲਈ ਲੱਗੇ ਆ ਜ਼ਿਆਦਾਤਰ ਉਹ ਭਾਜੀ ਦਾ ਪਰਾਂਦੀਆਂ ਵਾਲਾ ਆਇਰਨ ਬੜੇ ਖੜ੍ਹੇ ਆ ਹੈ ਨਾ ਦੋ ਤਿੰਨ ਉੱਧਰ ਖੜ੍ਹੇ ਦੋ ਤਿੰਨ ਇੱਧਰ ਖੜ੍ਹੇ ਇੱਕ ਉਹ ਖੜ੍ਹਾ ਆਹ ਬ੍ਰੇਕਆਊਟ ਹੈ ਨਾ ਆਹਦਾ ਰੰਗ ਬਹੁਤ ਸੋਹਣਾ ਯਾਰ ਮਿੱਟੀ ਰੰਗਾ ਜਿਹਾ ਇੱਕ ਹੋਰ ਮੋਟਰਸਾਈਕਲ ਆਇਆ ਸੁਜ਼ੂਕੀ ਵਾਲਾ ਉਹ ਦਿਖਾਉਂਦਾ ਤੁਹਾਨੂੰ ਮੈਂ ਬਹੁਤ ਘੈਂਟ ਚੀਜ਼ ਆ ਉਹ ਵੀ ਹਾਇਆਬੂਸਾ ਤੋਂ ਵੀ ਘੈਂਟ ਕਹਿ ਲਓ ਹੈ ਨਾ ਦੇਖੋ ਵੀ ਪੇਸ਼ ਆ ਤੁਹਾਡੇ ਸਾਹਮਣੇ ਸੁਜ਼ੂਕੀ ਦਾ ਕੀ ਨਾ ਭਾਜੀ ਇਹਦਾ ਇੰਟਰੂਡਰ ਟਾਇਰ ਹੀ ਬੜਾ ਤਗੜਾ ਇਹਦਾ ਤਾਂ ਹੋਵੇ ਬੱਲੇ 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 ਇਹ ਸਲੰਸਰ ਜਿੱਦਾਂ ਟਰੈਕਟਰ ਦੇ ਸਿੱਧੇ ਕਰਕੇ ਲਾਏ ਹੁੰਦੇ ਨਾ ਦੋ ਸਲੰਸਰ ਸੀਟ ਵੀ ਬੜੀ ਘੈਂਟ ਆ ਇਹ ਟੈਂਕੀ ਉਹ ਤੋਂ ਵੀ ਜ਼ਿਆਦਾ ਘੈਂਟ ਆ ਇਹ ਟੈਂਕੀ ਬਾਹਲੀ ਵੱਡੀ ਹੈ ਨਾ ਟੈਂਕੀ ਬਹੁਤ ਜ਼ਬਰਦਸਤ ਹੈ ਯਾਰ ਉਹ ਇੱਕ ਦੋ ਇੱਧਰਲੇ ਬੰਨੇ ਦੋ ਤੋਂ ਵੀ ਜ਼ਿਆਦਾ ਗਿੱਠਾਂ 2.5 ਗਿੱਠਾਂ ਆ ਵੀ ਇਹਦੀ ਉਹ ਸਪੀਡ ਵਾਲਾ ਮੀਟਰ ਅੱਗਿਓਂ ਇੱਦਾਂ ਲੱਗਦਾ ਜਿੱਦਾਂ ਬੈਟਰੀ ਵਾਲਾ ਹੁੰਦਾ ਹੈ ਨਾ
ਛੋਟਾ ਜਾ ਹੋਰ ਭਾਜੀ ਠੀਕ ਠਾਕ ਜੀ ਆਏ ਨਹੀਂ ਅੱਜ ਮੈਂ ਬਸ ਆ ਗਏ ਫੀਲਿੰਗ ਤਾਂ ਲੈਣੀ ਲੈਣੀ ਹਣਾ ਅੱਛਾ पेट पूजा हो रही है अंदर सारे राइडर बैठे आ ग्रुप फोटो होन लगी आ ਲੈ ਨਾਲ ਧੂਲੀ ਹੁਣੀ ਵੀ ਆ ਗਏ ਸੀਗੇ ਅਤੇ ਹੁਣ ਸਾਰੇ ਆਪਣੇ ਆਪਣੇ ਦੇਸ਼ ਚੱਲੇ ਵਾਪਸ ਜਿੱਥੋਂ ਜਿੱਥੋਂ ਆਏ ਸੀ ਉਹ ਨਹੀਂ ਆਇਆ ਭਾਅ ਜੀ ਅਤੇ ਭਾਅ ਜੀ ਹੁਣੇ ਵੀ ਲੁਧਿਆਣੇ ਤੋਂ ਮਿਲੇ ਸਾਰੇ ਮਿਲੇ ਇੱਥੇ ਜਿਹੜੇ ਜਿਹੜੇ ਵਧੀਆ ਵੀਡੀਓ ਪੈਂਦੀਆਂ ਨੇ ਆਪਾਂ ਦੇਖਦੇ ਵੀ ਆ ਇੰਜੋਏ ਕਰੀਦੇ ਨੇ ਵੀਡੀਓ ਇੱਦਾਂ ਕਰ ਮੇਰੇ ਵਾਲਾ ਇੱਧਰ ਲੈ ਆ ਕੱਢ ਕੇ ਕੱਢਣਾ ਤਾਂ ਪੈਣਾ ਹੀ ਠੀਕ ਆ ਭਾਅ ਜੀ ਕੋਈ ਨਹੀਂ ਤੁਹਾਡੇ ਨਾਲ ਹੀ ਚੱਲੇ ਜੀ ਅੱਛਾ ਉੱਧਰ ਕਿੱਥਾ ਲਓ ਜੀ ਤਿਆਰੀਆਂ ਹੁਣ ਚੱਲੇ ਆ ਲੁਧਿਆਣੇ ਨੂੰ ਸਾਰੇ ਅਤੇ ਮੈਂ ਹਜੇ ਆਪਣਾ ਜਗੜ ਬੰਦਾ ਪਾਉਣਾ ਆ ਰਾਈਡ ਸ਼ੁਰੂ ਹੋ ਗਈ ਬਈ ਹੈਲੋ ਹੈਲੋ ਮਿਲਦਾ ਮੈਂ ਆ ਕੇ ਆਉਂਦਾ ਮੈਂ ਫਿਰ ਉਹ ਤੇਲ ਪਵਾਉਣਾ ਆਪਾਂ ਯਾਰ ਵਾਪਸੀ ਦੇ ਪੌਨੇ ਦੋ ਡੰਡੇ ਆ ਬਹੁਤ ਚਲੋ ਭਾਜੀ ਵਾਹ ਜੀ ਮੋਟਰਸਾਈਕਲ ਝੂਲਦਾ ਹੀ ਜਾਂਦਾ ਹੈ ਵਾਹ ਵੀ ਵਾਹ ਬੈਲੈਂਸ ਬਹੁਤ ਇਹਨਾਂ ਮੋਟਰਸਾਈਕਲਾਂ ਦਾ ਲੈ ਕੇ ਆਏ ਓਏ ਹੋਏ ਆਹ ਭਾਲੂ ਜਿਹਾ ਹੀ ਲੱਗਦਾ ਹੈਲਮਟ ਦਾ ਹੈਲਮਟ ਉੱਤੇ ਨਾ ਫਲਾਇਆ ਚੱਕਰੇ ਜੇ ਵਧੀਆ ਲੱਗਦਾ ਜਿਹੜਾ ਮਾਈਕ ਲਾਇਆ ਜਗਾੜ ਹੀ ਆ ਅੱਜ
ਐਮਰਜੈਂਸੀ ਲਾਉਣਾ ਪੈ ਗਿਆ ਕੱਲ ਨੂੰ ਆਪਣਾ ਪਾਰਸਲ ਜਿਹੜਾ ਰਿਸੀਵ ਹੋਣਾ ਆ ਅੱਜ ਰਾਈਡ ਸੀਗੀ ਤਾਂ ਕਰਕੇ ਫਿਰ ਇਹੋ ਹੀ ਲਾਉਣਾ ਪੈ ਗਿਆ ਚਲੋ ਜੀ ਆਹ ਬੜਾ ਉੱਡਦਾ ਯਾਰ ਆਹ ਮੋਟਰਸਾਈਕਲ ਜਿਹੜਾ ਅੱਗੇ ਜਾਂਦੇ ਆ ਘੈਂਟ ਚੀਜ਼ ਆ ਯਾਰ ਜਿੰਨਾ ਮਰਜ਼ੀ ਸਮਾਨ ਰੱਖੀ ਜਾਓ ਵਿੱਚ ਤੱਤਾ ਠੰਡਾ ਆਪਣਾ ਤੇਲ ਦੇ ਦੋ ਡੰਡੇ ਆ ਅਤੇ ਲੁਧਿਆਣੇ ਇਹਨਾਂ ਨੂੰ ਛੱਡਣ ਜਾਣਾ ਭਰਾ ਸਾਰੇ ਜਿਹੜੇ ਲੁਧਿਆਣੇ ਵਾਲੇ ਕਹਿੰਦੇ ਇਹਨਾਂ ਨੂੰ ਛੱਡ ਕੇ ਆਉਣਾ ਅਤੇ ਹੁਣ ਛੱਡਣ ਜਾਣਦੇ ਹਾਂ ਬਸ ਉੱਥੋਂ ਯੂਟਰਨ ਮਾਰ ਲੈਣਾ ਫਿਰ ਸਾਰਿਆਂ ਨੇ ਆਪਣੇ ਆਪਣੇ ਘਰੋਂ ਘਰੀ ਅਤੇ ਜਾਂ ਕਿਸੇ ਨੇ ਜੇ ਅਣ ਛਣ ਕਰਨਾ ਤਾਂ ਉਹ ਆਪਣੇ ਆਪਣੇ ਰਾਹ ਜਾਊਗੇ ਨਜ਼ਾਰਾ ਆ ਗਿਆ ਵੀ ਅੱਜ ਦਾ ਬੱਲੇ ਬੱਲੇ ਹੋ ਗਈ ਹੋਇਆ ਵੀ ਘੈਂਟ ਚੀਜ਼ ਜਾਣਦੀ ਅੱਗੇ ਹਾਰਨੇ ਵਾਲਿਆਂ ਦੀ ਜਿਹੜੀ ਆ ਚਲਾਈ ਉਹ ਵੱਖਰੀ ਆ ਸਪੋਰਟਸ ਜਿਹੜੀ ਉਹ ਵੱਖਰੇ ਆ ਹਿਸਾਬ ਕਿਤਾਬ ਆਜਾ ਰੇਸਾਂ ਲਾਈਏ ਕਹਿੰਦਾ ਰੇਸ ਲਾਉਣੀ ਮੈਂ KTM ਵਾਲਾ ਭਰਾ ਉਹ ਤੇਰਾ ਬੜਾ ਹੋ ਗਿਆ ਇਹਦੀ ਆਵਾਜ਼ ਹੀ ਬੜੀ ਆ KTM ਵਾਲੇ ਭਈਆ ਜੀ ਕਹਿੰਦੇ ਹੈ ਰੇਸ ਲਗਾਉਣੀ ਹੈ ਕਬਾ ਥਾ ਕਿਸੇ ਅਬ ਹਮ ਰੇਸ ਲਗਾਏਂਗੇ ਹੈਲਮਟ ਪਾਇਆ ਸੁਣਦਾ ਨੀ ਕੁਛ ਵੀ ਪਰ ਆ ਕੋ ਕਹਿਣਾ ਚਾਹੁੰਦਾ ਵੀ ਹੋ ਗਏ ਇਕੱਠੇ ਸਾਰੇ
ਬਾਈਕਰ 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 ਠੀਕ ਆ ਭਾਜੀ ਜਲੰਧਰ ਵਾਲੇ ਨਹੀਂ ਪਹੁੰਚੇ ਮੁੰਡਾ ਲੱਗਦਾ ਮੁੜ ਕੇ ਪਿੱਛੇ ਜਲੰਧਰ ਵਾਲੇ ਮੁੜ ਕੇ ਲੱਗਦਾ ਮੈਂ ਇਕੱਲਾ ਰਹਿ ਗਿਆ ਆਪਣਾ ਯਾਰ ਤੇਲ ਪਵਾਉਣ ਵਾਲਾ ਆ ਖਤਮ ਹੋ ਗਿਆ ਬਾਕੀ ਪਿੱਛੇ ਰਹਿ ਗਏ ਬਾਬਾ ਹੀ ਲੱਗਦਾ ਜਾਂ ਫਿਰ ਮੁੜ ਕੇ ਹੋ ਗਏ ਇਹ ਲੁਧਿਆਣੇ ਵਾਲੇ ਆ ਭਾਜੀ ਇਹ ਮੈਂ ਕਿਹਾ ਲੁਧਿਆਣੇ ਵਾਲੇ ਆ ਇਹ ਹਾਂਜੀ ਲੁਧਿਆਣੇ ਵਾਲੇ ਸਾਰੇ ਚੱਲੇ ਹੈਗੇ ਇਹ ਸਾਡੇ ਕੈਪਟਨ ਦੇ ਸਮਝ ਲਓ ਠੀਕ ਆ ਆਪਾਂ ਇਹਨਾਂ ਦੇ ਐਂਟਰੀ ਹੁੰਦੇ ਆ ਰਾਈਡ ਹਮੇਸ਼ਾ ਇਹਨਾਂ ਦੇ ਬੈਕ ਸਾਈਡ ਦੀ ਕੋਟਰਾ ਰੱਖ ਕੇ ਚੱਲਦੇ ਆ ਚਲੋ ਠੀਕ ਠਾਕ ਆ ਭਾਜੀ ਠੀਕ ਆ ਭਾਜੀ ਸਾਡੇ ਵਾਲੇ ਪਹਿਲਾਂ ਤਾਂ ਪਿੱਛੇ ਤਾਂ ਨਹੀਂ ਰਹਿ ਗਏ ਕਿਤੇ ਮੁੜ ਕੇ ਹੈਗੇ ਆ ਤੁਹਾਡੇ ਬੰਦੇ ਪਹਿਲਾਂ ਤਾਂ ਪਿੱਛੇ ਮੈਨੂੰ ਤਾਂ ਲੱਗਦਾ ਉੱਥੇ ਹੀ ਮੁੜ ਕੇ ਕਿਤੇ ਉੱਥੇ ਲੱਗਦਾ ਮੁੜ ਕੇ ਹੈਗੇ ਆ ਇੱਥੋਂ ਯੂ ਟਰਨ ਮਾਰਦਾ ਫਿਰ ਅੱਗੇ ਇੱਥੋਂ ਮਾਰਿਆ ਸੀ ਨਾ ਸਾਰਿਆਂ ਨੇ ਉਹ ਨੀਚੋਂ ਦੀ ਮਾਰ ਲਓ ਫਿਰ ਹਾਂ ਮੁੜ ਕੇ ਹੋਣੇ ਆ ਨਾ ਪੱਕਾ ਮੁੜ ਕੇ ਜੇ ਭਾਜੀ ਕਿਉਂਕਿ ਨਹੀਂ ਤਾਂ ਇੰਨੇ ਟਾਈਮ ਤਾਂ ਆ ਜਾਣੀ ਸੀਗੀ ਨਾ ਕੋਈ ਲਾਈਟ ਦੇਖਦੀ ਪਿਆ ਬਾਈਕ ਦੀ ਹੈ ਬਾਈਕ ਦੀ ਕੋਈ ਲਾਈਟ ਵੀ ਨਹੀਂ ਨਾ ਦੇਖੀ ਹਾਂ 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 ਮੈਂ ਫਿਰ ਤੇਲ ਪਵਾ ਕੇ ਨਿਕਲਦਾ ਮੈਂ ਵੀ ਠੀਕ ਆ ਵੀਰੇ ਫਿਰ ਓਕੇ ਨੈਕਸਟ ਰਾਈਡ ਤੇ ਠੀਕ ਆ ਓਕੇ ਚਲੋ ਜੀ ਜਲੰਧਰ ਕੋ ਵਾਪਸੀ ਚੱਲ ਜੀ ਇਕੱਲੇ ਹੀ ਰਹਿ ਗਏ ਆਪਾਂ ਹੁਣ ਇਕੱਲੇ ਰਾਈਡ ਕਰਕੇ ਵੇਖਦੇ ਹਾਂ ਓਹ ਮੈਂ ਥੱਲੇ ਨੂੰ ਜਾਣਾ ਸੀ ਇੱਥੋਂ ਰਾਹ ਹੀ ਨਹੀਂ ਹੋਣਾ ਮੈਨੂੰ ਹੈਗਾ 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 ਆ ਤਾਂ ਤਿਲ ਤੇਲ ਪਵਾਈਏ ਤੁਹਾਨੂੰ ਪਤਾ ਵੀ ਨਹੀਂ ਸੀ ਨਾ ਹੁਣ ਕੋਈ ਹਿਸਾਬ ਕਿਤਾਬ ਜਿਹਾ ਚਲੋ ਚਲੋ ਜੀ ਚਲੋ ਇਹ ਵੀ ਤੇਲ ਮੰਗਣ ਦਿਆ ਇਹਨੂੰ ਹੁਣ ਤਵੇਂ ਤੇਲ ਅਤੇ ਹਾਂ ਮਿੰਟਾਂ 'ਚ ਆਪਾਂ ਜਲੰਧਰ ਜਾ ਵੜਨਾ ਵਿੱਚ ਪੈਟਰੋਲ ਪੈਂਦਾ ਯਾਰ ਡੀਜ਼ਲ ਨਹੀਂ ਮੇਰਾ ਵੀਰ ਇਹਦੇ ਉੱਤੇ ਪਵੇ ਨਾ ਤੇਲ ਹੈ ਤੇਲ ਨਾ ਪਵੇ ਅਤੇ ਬੂੰਦ ਵੀ ਇਹਨੇ ਅੱਗ ਲੱਗ ਜਾਣੀ ਗਰਮ ਬਹੁਤ ਹੀ ਧਿਆਨ ਨਾਲ ਮੇਰਾ ਵੀਰ ਹੈ ਰਿਕੋਰਡਿੰਗ ਹੁੰਦੀ ਇਹਦੇ ਵਿੱਚ ਓਕੇ ਲੈ ਬਈ ਜਲੰਧਰ ਵਾਲੇ ਤਾਂ ਮੁੜ ਕੇ ਵਾਪਸ ਆਪਾਂ ਵੀ ਚੱਲੀਏ ਹੁਣ ਹੈਗਾ ਰਾਹ ਉੱਪਰ ਚੜ੍ਹਨ ਭਾਜੀ ਚਲੋ ਆਪਾਂ ਤੇਲ ਵੀ ਪਵਾਉਣਾ ਸੀਗਾ ਵਧੀਆ ਹੋਇਆ ਜੋ ਵੀ ਹੋਇਆ ਹੁਣ ਆਪਾਂ ਬਿਨਾਂ ਬ੍ਰੇਕਾਂ ਚੱਲੀਏ ਜਲੰਧਰ ਲਓ ਜੀ ਆਪਾਂ ਫਿਰ ਵਾਪਸ ਜਲੰਧਰ ਆ ਗਏ ਹਾਂ ਅਤੇ ਰਾਹ 'ਚ ਕੋਈ ਰਾਈਡਰ ਨਹੀਂ ਆਪਾਂ ਨੂੰ ਟੱਕਰਿਆ ਹੁਣ ਮੈਂ ਉਤਰ ਕੇ ਫੋਨ ਦੇਖਦਾ ਹਾਂ ਮੈਨੂੰ ਲੱਗਦਾ ਫੋਨ ਮੇਰਾ ਵੱਜਦਾ ਸੀ ਮੈਂ ਤੇਜ਼ ਬਹੁਤ ਹੀ ਆਇਆ 15 ਕੁ ਮਿੰਟਾਂ 'ਚ ਪਹੁੰਚ ਗਿਆ ਜਲੰਧਰ ਫਿਰ ਹਵੇਲੀ ਦੇ ਕੋਲ ਇੱਥੇ ਹੁਣ ਕਿਤੇ ਸਾਈਡ 'ਤੇ ਰੁਕ ਕੇ ਦੇਖਦੇ ਹਾਂ ਪੁੱਛਦੇ ਹਾਂ ਚੱਲ ਕੇ ਘਰ ਨੂੰ ਫਿਰ ਰਾਹ 'ਚ ਹੀ ਆ ਕਿਤੇ ਜਾਂਦੇ ਬਾਕੀ ਰਾਈਡਰ ਵੀ ਫਿਰ ਆਪਾਂ ਵੀ ਛੋਟਾ ਵੱਟੀਏ ਘਰ ਨੂੰ ਅਤੇ ਕੋਈ ਕੰਮ ਕਾਰ ਕਰੀਏ ਜਾ ਕੇ ਇੱਥੋਂ ਥੱਲੇ ਹੋ ਜਾਈਏ ਆਪਾਂ ਲੱਗਦਾ ਭਰਾ ਵੀ ਰਾਈਡ 'ਤੇ ਆ ਉਹ ਵੀ ਮੋਟਰਸਾਈਕਲ 'ਤੇ ਬੈਠਾ ਹੋਣਾ ਉਹਨੂੰ ਵੀ ਨਹੀਂ ਸੁਣਨਾ ਹੁਣ ਹੈਲੋ ਕਿੱਥੇ ਭਾਜੀ
ਤੁਸੀਂ ਕਿੱਥੇ ਹੋ? ਮੈਂ ਤਾਂ ਉੱਥੋਂ ਜਿੱਥੋਂ ਆਪਾਂ ਸਵੇਰੇ ਨਹੀਂ ਟਰਨ ਕਰਕੇ ਆਏ, ਮੈਂ ਉਹਨਾਂ ਨਾਲ ਹੀ ਉੱਥੇ ਚੱਲ ਗਿਆ, ਉਹ ਖੜੇ ਰਹੇ ਸੀ, ਫਿਰ ਤੁਸੀਂ ਪਿੱਛੋਂ ਮੁੜ ਆਏ। ਜਲੰਧਰ ਵਾਲੇ ਜਿਹੜੇ ਫਗਵਾੜੇ ਨੂੰ ਚੱਲ ਗਏ, ਫੇਰ ਹੁਣ ਕਿੱਦਾਂ ਕਰਨੀ ਭਾਜੀ? ਚਲੋ ਠੀਕ ਆ ਭਾਜੀ, ਫੇਰ ਠੀਕ ਆ ਠੀਕ ਆ ਠੀਕ ਆ। ਨਹੀਂ ਜਲੰਧਰ ਤੋਂ, ਜਲੰਧਰ ਹਾਂ ਜਲੰਧਰ ਦੇ ਨਾਲ ਹੀ ਪੈ ਜਾਂਦਾ ਸਾਡਾ। ਠੀਕ ਠਾਕ ਵਧੀਆ ਜੀ, ਠੀਕ ਹੈ ਆਪਾਂ ਨਿਕਲੀਏ ਹੁਣ ਘਰ ਨੂੰ। ਅੱਜ ਮਿਲੇ ਤਾਂ ਬਹੁਤ ਜਾਣੇ ਉੱਥੇ ਸਾਈਡ ਦੇ ਰਾਈਡਰ ਜਿਹੜੇ ਸੀ ਨਾ, ਵੀ ਪਹੁੰਚ ਗਏ ਮਿੱਤਰੋ। ਦੇਖ ਲਓ ਮੈਂ ਰਾਈਡ ਤੋਂ ਆਇਆ ਹੀ ਹਾਂ, ਹਜੇ ਕੱਪੜੇ ਵੀ ਨਹੀਂ ਲਾਏ ਅਤੇ ਆਪਣਾ ਪਾਰਸਲ ਆ ਗਿਆ। ਉਹ ਕਿਹੜਾ ਆ ਭਾਅ ਜੀ, ਔਨਲਾਈਨ ਕਰਾਂ? ਹਾਂਜੀ ਹਾਂਜੀ, ਐਮਾਜ਼ੋਨ ਦਾ ਪਾਰਸਲ ਆਇਆ, ਵਿੱਚੋਂ ਨਿਕਲੇ ਡੱਬੇ। ਹੋਏ ਹੋਏ ਹੋਏ, ਕਿਆ ਬਾਤ ਆ, ਹੈਗੀ ਕਿ ਨਹੀਂ ਚੀਜ਼? ਇੱਕੋ ਇੱਕੋ ਜੀ, ਇਹਦੇ ਨਾਲ ਨਾ ਉਹ ਸੀ ਦੂਜੀ, ਕੀ ਉਹਨੂੰ ਕਹਿੰਦੇ ਆ, ਡੰਡੀ, ਮੈਂ ਡੰਡੀ ਵਾਲੇ ਮੰਗਾਏ ਸੀ, ਬਿਨਾਂ ਡੰਡੀ ਤੋਂ ਭੇਜਤੇ ਉਹਨਾਂ ਨੇ। ਵਿੱਚ ਇਹਦੇ ਹੈਗੀ ਆ ਸਕਲ ਖੋਪੜੀ, ਸਕਲ ਸਕੁੱਲ ਕੀ ਜੋ ਵੀ ਹੁੰਦਾ, ਉਹ ਵਧੀਆ ਚੀਜ਼ ਹੈ ਨਾ, ਨਿੱਕੇ ਨਿੱਕੇ ਜੇ ਡੈਕੋਰੇਸ਼ਨ ਲਈ, ਜੇ ਕਿਸੇ ਨੂੰ ਟੌਰ ਬਣਾਉਣੀ ਹੋਵੇ ਨਾ, ਕਿਸੇ ਪ੍ਰਾਹੁਣੇ ਅੱਗੇ ਇੱਦਾਂ ਦੇ ਅੱਜ ਪਿਆਵੇ ਉਹਨੂੰ, ਕੁਛ ਵੀ ਜੋ ਵੀ ਆ। ਅਸਲ ਦੇ ਵਿੱਚ ਇਹ ਹੈਗੇ ਆ ਪੈਗ ਲਾਉਣ ਨੂੰ, ਪੈਗ ਸ਼ੈਗ ਲਾਉਣ ਨੂੰ, ਇਹ ਪੈਗ ਵਾਲਿਆਂ ਬੰਦਿਆਂ ਲਈ ਆ, ਕਿਤੇ ਨਜ਼ਾਰੇ ਲੈਣੇ ਹੋਣ ਇਹ ਤਾਂ ਮੰਗਾਏ ਮੈਂ। ਕਿਤੇ ਬੰਦਾ ਕੋਕ ਕੁੱਕ ਪੀ ਲੈਂਦਾ ਆ, ਜਾਂ ਆਪਣੇ ਸ਼ਰਾਬੀ ਭਰਾ ਹੈਗੇ ਕਈ, ਉਹਨਾਂ ਨੂੰ ਗਿਫਟ ਕਰਦਾ। ਮੈਂ ਦੇਖਣੇ ਸੀ ਮੰਗਾ ਕੇ ਕਿੱਦਾਂ ਲੱਗਦੇ, ਹੁਣ ਮੈਂ ਤੁਹਾਨੂੰ ਕੋਕ ਪਾ ਕੇ ਦਿਖਾਉਂਦਾ ਵਿੱਚ ਇਹਦੇ, ਫਿਰ ਤੁਹਾਨੂੰ ਅਸਲੀ ਚੀਜ਼ ਦਿਸਣੀ ਇਹਦੀ। ਲੈ ਵੀ ਜਨਾਬ ਪਾਓ ਪੈਗ, ਰਾਈਡ ਦੇ ਨਾਮ 'ਤੇ ਪੈਗ, ਵੱਧ ਵੱਧ ਹੋਰ ਹਜੇ ਬੰਦਾ ਪੂਰਾ ਨਹੀਂ ਬਣਿਆ, ਹੁਣ ਬਣੀ ਆ ਚੀਜ਼। ਲੈ ਵੀ ਸ਼ਰਾਬੀ ਭਰਾਵਾਂ ਦੇ ਨਾਂ 'ਤੇ ਪੈਗ ਚੱਕੋ, ਕੋਕਾ ਕੋਲਾ ਵਾਲਾ, ਸੋਹਣਾ ਲੱਗਦਾ ਆ, ਛੋਟਾ ਜਿਹਾ ਛੋਟਾ ਜਿਹਾ ਹੋਇਆ, ਨਿੱਕਾ ਜਿਹਾ ਵਿੱਚ ਇੰਨਾ ਗਾ, ਹੁਣ ਦੀ ਖੋਪੜੀ ਆ ਜਿਹੜੀ ਨਹੀਂ ਪੈਣਾ ਜੀ, ਪਿੱਗੀ ਪੈਣੀ, ਪਿੱਗੀ ਜਿਹੜੀ ਪਿੱਗੀ ਪੀਣ ਵਾਲੇ ਆ ਨਾ ਉਹ ਪੀ ਸਕਦੇ ਉਹਦੇ ਵਿੱਚ। ਹੁਣ ਖੋਪੜੀਆਂ ਦੇ ਵਿੱਚ ਤੁਸੀਂ ਅੱਗੇ ਟੂਣਾ, ਆ ਬੜੇ ਦਾ ਵਿੱਚ ਆਓ, ਕੀ ਉਹ ਬਣ ਗਈ ਛੇੜ ਬਣ ਪਾਫ, ਠੰਡਾ ਹੀ ਨਾ ਤਾਂ। ਲੈ ਵੀ ਇੱਕ ਹੋਰ ਪਾਰਸਲ ਆ ਗਿਆ, ਹਜੇ ਵੀ ਨਹੀਂ ਮੈਂ ਲਾਏ, ਹਜੇ ਉਹ ਖੋਲ੍ਹ ਕੇ ਹਟੇ ਸੀ, ਇੱਕ ਹੋਰ ਪਾਰਸਲ ਆ ਗਿਆ ਆਪਣਾ, ਹੁਣ ਇਹ ਪਤਾ ਨਹੀਂ ਕੀ ਆ, ਪਾਰਸਲ 'ਚ ਕਿੰਨੇ ਹੀ ਮੰਗਾਏ ਆ ਮੈਂ। ਹੋਰ ਭਾਅ ਜੀ ਠੀਕ ਠਾਕ, ਕਿੰਨੇ ਦਾ ਭਾਅ ਜੀ? 480 ਦੇ। ਹੁਣ ਇਹ ਪਤਾ ਨਹੀਂ ਕੀ ਆ, ਮੇਰੇ ਖਿਆਲ ਨਾਲ ਤਾਂ ਰਾਈਡ ਦੇ ਰਿਲੇਟਡ ਹੀ ਆ ਕੁਛ, ਜੋ ਮੈਂ ਮੰਗਾਇਆ ਸੀ ਤਿੰਨ ਚਾਰ ਚੀਜ਼ਾਂ, ਮੰਡੇ ਨੂੰ ਆਉਣੀਆਂ ਸੀ, ਸੰਡੇ ਨੂੰ ਆਈਆਂ ਆਉਂਦੀਆਂ, ਚਲੋ ਵਧੀਆ, ਪਰ ਰਾਈਡ ਤੋਂ ਬਾਅਦ ਆਈਆਂ ਸਾਰੀਆਂ ਚੀਜ਼ਾਂ। ਮੇਨ ਆਪਾਂ ਨੂੰ ਆਹ ਸੀ, ਇਹ ਜਗਾੜ ਲੱਗ ਜਾਂਦਾ ਨਾ ਤਾਂ ਆਵਾਜ਼ ਬਹੁਤ ਵਧੀਆ ਆਉਣੀ ਸੀ, ਮੈਨੂੰ ਲੱਗਦਾ ਨਹੀਂ ਆਵਾਜ਼ ਵਧੀਆ ਆਈ ਹੈ ਵਿੱਚ ਇਹਦੇ। ਦੇਖ ਲਓ ਉਹੀ ਹੋਇਆ, ਮੈਂ ਰਾਈਡ ਤੋਂ ਆਇਆ ਅਤੇ ਆ ਗਿਆ ਆਪਣਾ ਮਾਈਕ, ਇਹ ਮੈਂ ਮੰਗਾਇਆ ਸੀਗਾ, ਆਹ ਸੀਗਾ ਮੰਗਾਇਆ ਮੈਂ, ਓਏ ਯਾਰ ਇੰਨਾ ਵਧੀਆ ਮਾਈਕ ਹੋਣਾ, ਮੈਂ ਜਗਾੜ ਲਾ ਕੇ ਸਕੀਮ ਲਾ ਕੇ
ਪਤਾ ਨਹੀਂ ਕਿਹੜੀਆਂ ਕਿਹੜੀਆਂ ਸਕੀਮਾਂ ਲਾਈਆਂ ਕੱਲ ਆਹ ਮਾਈਕ ਲਾਇਆ ਸੀ ਜਿਹੜਾ ਲੋਕੀ ਵਲੋਗਿੰਗ ਲਈ ਲਾਉਂਦੇ ਉਹ ਮੈਂ ਇੱਥੇ ਲਾਇਆ ਸੀ ਕਿਆ ਬਾਤ ਆ ਹੁਣ ਇਹਨੂੰ ਮੈਂ ਦੇਖਦਾ ਅਟੈਚ ਕਰਕੇ ਦੇਖੋ ਕਿੱਦਾਂ ਰਬੜਾ ਪਾ ਪਾ ਗਿਆ ਗੁੱਤਾਂ ਜੂੜੇ 'ਤੇ ਰੇਹੜੀ ਰਬੜ ਪਾਉਂਦੇ ਹੁੰਦੇ ਸੀ ਉਹ ਰਬੜਾ ਪਾ ਪਾ ਕੇ ਮੈਂ ਜਗਾੜ ਲਾਇਆ ਸੀਗਾ ਹਾਂ ਦੇਖੋ ਆਹ ਜਿਹੜਾ ਮਾਈਕ ਸੀਗਾ ਇਹਦੇ ਅੱਗੇ ਵੀ ਆਹ ਜਗਾੜ ਹੀ ਲਾਇਆ ਰਾਈਡ ਤੋਂ ਆਪਾਂ ਆ ਗਏ ਅਤੇ ਸਾਹਮਣੇ ਨਾ ਜਿਹੜੇ ਆ ਨਿਸ਼ਾਨ ਪਏ ਹੁੰਦੇ ਆ ਨਾ ਮੱਛਰ ਵਗੈਰਾ ਮਰਿਆ ਹੁੰਦਾ ਆ ਇਹ ਮੈਂ ਉਹਦੀ ਸਾਫ਼ ਕਰ ਲੈਂਦਾ ਹੁੰਦਾ ਹਾਂ ਅੱਜ ਵੀ ਆਪਾਂ ਆ ਬੂਟ ਵੀ ਆਪਣੇ ਵਾਈਟ ਆ ਦੇਖੋ ਮਾੜੇ ਮਾੜੇ ਗੰਦੇ ਹੋ ਗਏ ਨਾ ਇਹ ਆਪਾਂ ਸਪੈਸ਼ਲ ਸਪਰੇਅ ਲਿਆਉਂਦੀ ਇਹਦੇ ਨਾਲ ਆਪਾਂ ਹੈਲਮਟ ਵੀ ਸਾਫ਼ ਕਰ ਲੈਣਾ ਤਾਂ ਬੂਟ ਵੀ ਕਿਉਂਕਿ ਜੇ ਨਾ ਕੀਤੇ ਤਾਂ ਹੌਲੀ 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 ਗੰਦੇ ਗੰਦੇ ਹੁੰਦੇ ਹੁੰਦੇ ਕਿੰਨੇ ਗੰਦੇ ਹੋ ਜਾਣੇ ਮਹਿੰਗੇ ਆ ਨਾ ਇਹ ਧਿਆਨ ਵਿੱਚ ਰੱਖਣਾ ਹੀ ਪੈਣਾ ਇਹ ਹੁਣ ਜਿੰਨੀ ਗੰਦੀ ਗੰਦੀ ਹੋਈ ਆ ਕਰਤਾ ਕਿ ਨਹੀਂ ਚਿੱਟਾ ਵਾਈਟ ਚੀਜ਼ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਇਹੀ ਚੱਕਰ ਆ ਲੱਗਦੀ ਸੋਹਣੀ ਆ ਇਹ ਧਿਆਨ ਵੀ ਰੱਖਣਾ ਹੀ ਪੈਂਦਾ ਬਣ ਗਿਆ ਨਵਾਂ ਹੀ ਗੋਪਰ ਹੋ ਗਈ ਮੱਛਰ ਮਰਿਆ ਇੱਥੇ ਇਹ ਮੈਂ ਚੰਡੀਗੜ੍ਹੋਂ ਲਿਆਇਆ ਸੀਗਾ ਹੈਲਮਟ ਕਲੀਨ ਵਾਲੀ ਆਪਾਂ ਬੂਟ ਵੀ ਇਹਨਾਂ ਨੇ ਚਮਕਾਤੇ ਲਓ ਜੀ ਆਹ ਦੇਖ ਲਓ ਪਹਿਲੇ ਦਿਨ ਹੀ ਮੈਂ ਗਿਆ ਰਾਈਡ 'ਤੇ ਅਤੇ ਹੈਲਮਟ ਮੈਂ ਨਾ ਹਵੇਲੀ ਦੇ ਉੱਥੇ ਟੇਬਲ ਲੱਗੇ ਆ ਪਰ ਉੱਥੇ ਰੱਖ ਕੇ ਮੈਂ ਚੱਲ ਗਿਆ ਸੀ ਇਹ ਕਿਸੇ ਨੇ ਮੈਨੂੰ ਲੱਗਦਾ ਸ਼ੈਤਾਨੀ ਕੀਤੀ ਇੱਥੇ ਬਾਈਕ ਦੀ ਨਾ ਉਹ ਜਿਹੜੀ ਹੁੰਦੀ ਆ ਚਾਬੀ ਕੀ ਉਹ ਮਾਰੀ ਆ ਅਤੇ ਚੰਗਾ ਭੰਡਾ ਸਕਰੈਚ ਪਾ ਦਿੱਤਾ ਇੱਥੇ ਗਲਤੀ ਮੇਰੀ ਵੀ ਮੈਨੂੰ ਉੱਥੇ ਰੱਖ ਕੇ ਨਹੀਂ ਜਾਣਾ ਚਾਹੀਦਾ ਸੀਗਾ ਮੈਂ ਕਿਹਾ ਇੱਥੇ ਕਿਹੜਾ ਛੇੜਨਾ ਕਿਸੇ ਨੇ ਪਰ ਕਮਾਲ ਹੋ ਗਈ ਆ ਹੈਲਮਟ 'ਤੇ ਸਕਰੈਚ ਇਹ ਉਹਨਾਂ ਦਾ ਕਿਸੇ ਨੇ ਚੈੱਕ ਕੀਤਾ ਵਾ ਵੀ ਇਹ ਹੈਲਮਟ ਕਿੰਨਾ ਸਟਰੋਂਗ ਇਹ ਹੈਗਾ ਸਕਰੈਚ ਪਰੂਫ ਇਹ ਕਿਸੇ ਨੇ ਜਾਣ ਕੇ ਮਾਰਿਆ ਤਾਂ ਹੀ ਪਿਆ ਆ ਚੰਗਾ ਜ਼ੋਰ ਦੀ ਰਗੜਿਆ ਇੱਥੋਂ ਫੜ ਕੇ ਗਾਂ ਤੋਂ ਧਿਆਨ ਰੱਖਾਂਗੇ ਆਪਣੀਆਂ ਚੀਜ਼ਾਂ ਸਾਂਭ ਕੇ ਰੱਖਾਂਗੇ ਇੱਦਾਂ ਹੀ ਨਹੀਂ ਰੱਖ ਕੇ ਚੱਲ ਜਾ ਕਰਨੇ ਯਾਰ ਮਹਿੰਗੀਆਂ ਚੀਜ਼ਾਂ ਆ ਯਾਰ ਇਹ ਵੀਡੀਓ ਟੋਟਲ ਹੈਗੀ ਸੀਗੀ ਜੀ ਪੂਰੀ 2 ਘੰਟੇ ਦੀ ਇਹ ਕੱਟ ਵੱਢ ਕਰ ਕਰਕੇ 4-5 ਘੰਟੇ ਲੱਗੇ ਮੈਨੂੰ ਵੀਡੀਓ ਐਡਿਟ ਕਰਨ ਨੂੰ ਅਤੇ ਤਾਂ ਇੰਨੀ ਕੁ ਹੋਈ ਆ ਅਜੇ ਮੈਂ ਹੋਰ ਕੱਟ ਵੱਢ ਕਰਨੀ ਸੀ ਫਿਰ ਮੈਨੂੰ ਪੂਰੀ ਦਿਹਾੜੀ ਲੱਗ ਜਾਣੀ ਸੀ ਤਾਂ ਕਰਕੇ ਫਿਰ ਮੈਂ ਕੱਟ ਵੱਢ ਕੀਤੀ ਅਤੇ ਦੱਸਿਓ ਫਿਰ ਕਿੰਨੇ ਪੂਰੀ ਵੀਡੀਓ ਦੇਖੀ ਆ ਅਤੇ ਕੱਲ੍ਹ ਮਿਲਦੇ ਆ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ